ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਵਾਹਿਗੁਰੂ ਜੀ, ਦੇਖੋ ਜੀ, ਅੱਜ ਸਾਰੇ ਫਰੈਂਡ ਨੂੰ ਮੈਂ ਨਾ ਆਪਦੇ ਦਿਲ ਦੀਆਂ ਕੁਝ ਅਜਿਹੀਆਂ ਆਪਦੇ ਨਾਲ ਹੱਡ ਬੀਤੀਆਂ ਕੁਝ ਅਜਿਹੀਆਂ ਗੱਲਾਂ ਸ਼ੇਅਰ ਕਰਨ ਲੱਗੀਆਂ, ਕਿਉਂਕਿ ਬਹੁਤ ਮੇਰੇ ਨਾਲ ਇੱਦਾਂ ਹੋਈਆਂ ਨੇ, ਜਿੱਦਾਂ ਕਿ ਮੇਰੇ ਛੋਟੇ ਭਰਾ ਦਾ ਹਨਾ ਮੈਰਿਜ ਦੇ ਲੈ ਕੇ, ਤੇ ਮੇਰਾ ਭਤੀਜਾ ਹੋਣਾ ਸੀ ਜਦੋਂ, ਉਸ ਟਾਈਮ ਡਾਕਟਰਾਂ ਨੇ ਸਾਨੂੰ ਕਹਿਤਾ ਸੀਗਾ ਵੀ ਬੱਚੇ ਦੇ ਮੂੰਹ ਦੇ ਵਿੱਚ ਨਾ ਮਾਂ ਦਾ ਗੰਦ ਜਿਹੜਾ ਹੁੰਦਾ ਅੰਦਰੋਂ ਹਨਾ ਪੋਟੀ ਚਲੀ ਗਈ ਹੈ, ਵੀ ਨਹੀਂ ਤਾਂ ਸਾਨੂੰ ਬੜੇ ਪ੍ਰੇਸ਼ਨਾਂ ਚੱਕਣਾ ਪਏਗਾ, ਨਹੀਂ ਉਹਨੇ ਅੱਧੇ ਘੰਟੇ ਦੇ ਵਿੱਚ ਜਨਮ ਲੈ ਲਿਆ। ਉਸ ਟਾਈਮ ਮੈਂ ਗੁਰੂ ਸਾਹਿਬਾਂ ਅੱਗੇ ਅਰਦਾਸ ਕੀਤੀ, ਕੜਾਹ ਪ੍ਰਸ਼ਾਦ ਸਜਾਇਆ, ਜਪਜੀ ਸਾਹਿਬ ਆਨੰਦ ਸਾਹਿਬ ਦਾ ਪਾਠ ਕੀਤਾ। ਹਜੇ ਮੈਂ ਅਰਦਾਸ ਹੀ ਕਰ ਰਹੀ ਸੀ, ਮੇਰੇ ਵੀਰ ਜੀ ਦਾ ਮੈਨੂੰ ਫੋਨ ਆ ਗਿਆ, ਕਹਿੰਦਾ ਭੈਣੇ ਆਪਣੇ ਘਰ ਵਾਹਿਗੁਰੂ ਜੀ ਨੇ ਨਾਰਮਲ ਤਰੀਕੇ ਨਾਲ ਮੇਰਾ ਭਤੀਜਾ ਪੈਦਾ ਹੋ ਗਿਆ। ਦੇਖੋ, ਇਸ ਤੋਂ ਪ੍ਰਤੱਖ ਵਾਹਿਗੁਰੂ ਜੀ ਹੋਰ ਕੀ ਦਿਖਾਉਣਗੇ। ਮੇਰੇ ਹਸਬੈਂਡ ਜੀ ਦੀ ਹੈ ਨਾ ਏਜ ਹੁਣ ਫਾਈਨਲ ਹੋ ਚੁੱਕੀ ਸੀ ਵੀ ਇਦੋਂ ਬਾਅਦ ਸਰਕਾਰੀ ਜੋਬ ਨਹੀਂ ਮਿਲਦੀ। ਬਾਰ ਬਾਰ ਅਸੀਂ ਅਰਦਾਸ ਕਰਨੀ, ਜਦੋਂ ਪਾਠ ਕਰਨਾ ਅਰਦਾਸ ਕਰਨੀ, ਬੱਚਿਆਂ ਨੇ ਅਰਦਾਸ ਕਰਨੀ ਕਿ ਪਿਤਾ ਜੀ ਨੂੰ ਨੌਕਰੀ ਬਖਸ਼ਣੀ। ਲਾਸਟ ਈਅਰ ਦੇ ਵਿੱਚ, ਲਾਸਟ ਸਾਲ ਦੇ ਵਿੱਚ ਮੇਰੇ ਹਸਬੈਂਡ ਨੂੰ ਸਰਕਾਰੀ ਨੌਕਰੀ। ਹੋਰ ਪਤਾ ਨੀ ਕਿੰਨੀਆਂ ਕੁ ਮੁਸ਼ਕਿਲਾਂ ਹੋਈਆਂ ਨੇ ਜਿਹੜੀਆਂ ਸਾਡੀਆਂ ਵਾਹਿਗੁਰੂ ਜੀ ਨੇ ਹੱਲ ਕਰੀਆਂ ਨੇ। ਆਓ ਤੁਹਾਨੂੰ ਗੁਰੂ ਸਾਹਿਬਾਂ ਦੀ ਮਹਿਮਾ ਸੁਣਾਉਣੀ ਆ ਤੇ ਤੁਹਾਨੂੰ ਦੱਸਦਿਆਂ ਵੀ ਮੈਂ ਕਿਹੜੇ ਕਿਹੜੇ ਪਾਠ ਕਰਦੀ ਆ ਤੇ ਚਲੋ। ਹੈਲੋ, ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਮੈਂ ਤੁਹਾਡੀ ਆਪਣੀ ਫਰੈਂਡ ਕਿਰਨਪਾਲ ਕੌਰ ਆਪਣੇ ਚੈਨਲ ਤੋਂ ਤੁਹਾਡੇ ਸਾਰਿਆਂ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਜੋਦਰੀ ਬੇਨਤੀ ਕਰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ। ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਹੀ ਖਾਸ ਹੋਣ ਵਾਲੀ ਹੈ, ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਹਨਾ, ਕਿਉਂਕਿ ਮੇਰਾ ਤੁਹਾਨੂੰ ਵਾਹਿਗੁਰੂ ਦੇ ਨਾਲ ਜੋੜਨ ਦਾ ਵੀ ਤੇ ਉਹ ਤੋਂ ਜਿਹੜੀਆਂ ਦਾਤਾਂ ਮਿਲਦੀਆਂ ਨੇ ਉਹ ਵੀ ਹਨਾ ਦੱਸਣ ਦਾ ਇੱਕ ਮਕਸਦ ਹੈਗਾ। ਦੇਖੋ, ਮੈਂ ਜਦੋਂ ਵੀ ਕੋਈ ਵੀਡੀਓ ਪਾਉਣੀ ਆ, ਮੈਨੂੰ ਕੋਈ ਨਾ ਕੋਈ ਸਿਸਟਰ ਉਹਦੇ ਤੇ ਕਮੈਂਟ ਕਰਦੀ ਹੈ ਕਿ ਦੀਦੀ ਸਾਡੀ ਇੱਕ ਮਹੀਨੇ ਦੇ ਵਿੱਚ ਵਾਹਿਗੁਰੂ ਜੀ ਸੁਣ ਲੈਣਗੇ, ਜਾਂ ਸਾਡੀ ਵਾਹਿਗੁਰੂ ਜੀ ਨਹੀਂ ਸੁਣ ਰਹੇ ਹੈਗੇ, ਜਾਂ ਜਿੱਦਾਂ ਕਿ ਇੱਕ ਸਿਸਟਰ ਨੇ ਮੇਰੇ ਨਾਲ ਜੁੜੇ ਹੋਏ ਨੇ, ਉਹ ਕਹਿੰਦੇ ਨੇ ਵੀ ਦੀਦੀ, ਮੈਂ ਉਹਨਾਂ ਨੂੰ ਦੇਖੋ ਪਹਿਲਾਂ ਦੱਸਿਆ ਸੀਗਾ ਵੀ ਤੁਸੀਂ ਇੱਦਾਂ ਦਾ ਪਾਠ ਕਰੋ ਤੇ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਸੁਣਨਗੇ। ਪਰ ਦੇਖੋ, ਆਪਾਂ ਹਨਾ ਕਹਿੰਦੇ ਮਿਹਨਤ ਕਰਨੀ ਨਹੀਂ ਹੈਗੀ, ਕਹਿੰਦੇ ਆ ਵੀ ਏਦਾਂ ਹੀ ਰਿਜ਼ਲਟ ਆ ਕੇ ਅਸੀਂ ਫਸਟ ਆ ਜਾਈਏ, ਏਦਾਂ ਤਾਂ ਨਹੀਂ ਹੋਣਾ ਹੈਗਾ ਹਨਾ। ਇੱਕ ਬੱਚਾ ਸਕੂਲ ਦੇ ਵਿੱਚ ਪੜ੍ਹ ਰਿਹਾ, ਉਹਨੂੰ ਸਾਰਾ ਸਾਲ ਮਿਹਨਤ ਕਰਨੀ ਪਊ, ਫਿਰ ਉਹ ਜਾ ਕੇ ਕਿਤੇ ਟੌਪ ਕਰੂ। ਅਗਰ ਉਹ ਕਹੇ ਵੀ ਮੈਂ ਪੇਪਰ 2 ਦਿਨ ਨੇ, ਬਸ 2 ਦਿਨ ਦੇ ਵਿੱਚ ਫਟਾਫਟ ਪੜ੍ਹ ਕੇ ਮੈਂ ਟੌਪ ਕਰ ਜੂੰਗਾ, ਵਾਹਿਗੁਰੂ ਜੀ ਸਾਡੇ ਏਡੇ ਦਿਆਲੂ ਨੇ, ਕਹਿੰਦੇ ਤੇਰੇ ਮੰਗਣ ਦੇ ਵਿੱਚ ਘਾਟ ਹੈ, ਉਹਦੇ ਵੰਡਣ ਦੇ ਵਿੱਚ ਘਾਟ ਨਹੀਂ ਹੈਗੀ। ਅੱਜ ਮੈਂ ਤੁਹਾਨੂੰ ਇੱਕ ਏਦਾਂ ਦੀ ਆਪਦੀ ਹੱਡ ਬੀਤੀ ਦੱਸਾਂਗੀ ਕਿ ਜੋ ਵੀ ਵਾਹਿਗੁਰੂ ਤੋਂ ਮੰਗਿਆ ਉਹੀ ਪਾਇਆ ਹੈਗਾ। ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਨਹੀਂ ਹੁੰਦਾ, ਹਰ ਇੱਕ ਦੇ ਵਿੱਚ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ। ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਮੈਂ ਵੀ ਹਨਾ, ਪਿੱਛੇ ਮੇਰੇ ਪਾਪਾ ਜੀ ਵੀ ਸ਼ਰਾਬ ਪੀਂਦੇ ਹੁੰਦੇ ਸੀਗੇ, ਕੋਈ ਸਿੱਖੀ ਦਾ ਏਦਾਂ ਉਹ ਨਹੀਂ ਸੀਗਾ, ਪਰ ਬਚਪਨ ਤੋਂ ਲੈ ਕੇ ਹਨਾ ਮੈਨੂੰ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਤੇ ਹਨਾ ਗੁਰਦੁਆਰਾ ਸਾਹਿਬ ਜਾਣਾ, ਇੱਕ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਹੋਣਾ, ਇੱਕ ਬਚਪਨ ਤੋਂ ਹੀ ਇੱਕ ਇਹ ਲਗਨ ਲੱਗੀ ਹੋਈ ਸੀ ਹਨਾ। ਤੇ ਸਹੁਰੇ ਘਰ ਆਈ ਤਾਂ ਇੱਥੇ ਪਰਿਵਾਰ ਦੇ ਵਿੱਚ ਗੁਰਸਿੱਖੀ ਹੋਣ ਕਰਕੇ ਤੇ ਮੈਨੂੰ ਹੋਰ ਲਗਨ ਲੱਗ ਗਈ ਹਨਾ। ਇੱਦਾਂ ਕਰਦੇ ਕਰਾਉਂਦੇ ਦੇਖੋ ਵਾਹਿਗੁਰੂ ਜੀ ਨੇ, ਮੈਂ ਅੱਜ ਤੁਹਾਨੂੰ ਦੱਸਾਂਗੀ ਵੀ ਜਿਹੜਾ ਵੀ ਹਨਾ ਆਪਾਂ ਮੰਗ ਮੰਗੀਏ, ਚਾਹੇ ਕੋਈ ਵੀ ਹੈ, ਉਹ ਤੁਹਾਡੇ ਘਰ ਪੈਸਾ ਨਹੀਂ ਹੈਗਾ, ਤੁਹਾਡੇ ਲੜਾਈ ਝਗੜਾ ਨਹੀਂ ਖਤਮ ਹੋ ਰਿਹਾ, ਤੁਹਾਨੂੰ ਬਿਮਾਰੀ ਨਹੀਂ ਖਤਮ ਹੋ ਰਹੀ, ਜਾਂ ਤੁਹਾਡੀ ਰੁਜ਼ਗਾਰ ਦੇ ਵਿੱਚ ਤਰੱਕੀ ਤੁਹਾਨੂੰ ਨਹੀਂ ਮਿਲ ਰਹੀ ਹੈਗੀ ਹਨਾ, ਕਹਿੰਦੇ ਹੁੰਦੇ ਨੇ ਕਹਿੰਦੇ ਜੁਗਤੀ ਦੇ ਨਾਲ ਮੁਕਤੀ ਹੁੰਦੀ ਹੈ। ਹੁਣ ਤੁਸੀਂ ਕਹੋਗੇ ਵੀ ਦੀਦੀ ਤੁਸੀਂ ਕਿਹੜੇ ਕਿਹੜੇ ਪਾਠ ਕਰਦੇ ਹੋ ਹਨਾ। ਦੇਖੋ, ਵਿਧੀ ਅਨੁਸਾਰ ਜਦੋਂ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਕਹਿੰਦੇ ਆਪਾਂ ਨੂੰ ਬੁਖਾਰ ਚੜਿਆ ਤਾਂ ਆਪਾਂ ਉਦੋਂ ਬੁਖਾਰ ਦੀ ਦਵਾਈ ਲਵਾਂਗੇ,
ਜਦੋਂ ਆਪਾਂ ਨੂੰ ਜੁਕਾਮ ਹੋਇਆ ਉਦੋਂ ਉਹ ਜੁਕਾਮ ਦੀ ਦਵਾਈ ਲਵਾਂਗੇ, ਹੈ ਨਾ। ਉਸੇ ਤਰੀਕੇ ਦੇ ਨਾਲ ਦੇਖੋ ਗੁਰਬਾਣੀ ਦੇ ਵਿੱਚ ਇੱਦਾਂ ਦੇ ਸ਼ਬਦ ਨੇ ਕਿ ਜਿਨ੍ਹਾਂ ਨੂੰ ਗਿਆਨ ਹੈਗਾ ਨਾ, ਜਦੋਂ ਆਪਾਂ ਕਿਸੇ ਕੋਲੇ ਜਾਂਦੇ ਹਾਂ, ਕਿਸੇ ਬ੍ਰਹਮ ਗਿਆਨੀ ਕੋਲੇ ਜਾਂਦੇ ਹਾਂ, ਤਾਂ ਉਹ ਆਪਾਂ ਨੂੰ ਸ਼ਬਦ ਦੱਸਦੇ ਆ। ਕਿੱਥੋਂ ਦੱਸਦੇ ਆ? ਗੁਰੂ ਗ੍ਰੰਥ ਸਾਹਿਬ ਚੋਂ। ਦੇਖੋ ਗੁਰਬਾਣੀ ਦੇ ਨਾਲ ਜੁੜਨਾ, ਕਈ ਨਾਸਤਿਕ ਹੁੰਦੇ ਨੇ ਜਿਹੜੇ ਨਹੀਂ ਮੰਨਦੇ, ਹੈ ਨਾ, ਕਹਿੰਦੇ ਤੁਸੀਂ ਮਿਹਨਤ ਕਰਦੇ ਜਾਓ, ਹੈ ਨਾ, ਵਾਹਿਗੁਰੂ ਜੀ ਤੁਹਾਡੀ ਇੱਕ ਦਿਨ ਜ਼ਰੂਰ ਸੁਣਨਗੇ। ਕਿਉਂਕਿ ਇੱਕ ਬੱਚਾ ਹੁੰਦਾ, ਹੈ ਨਾ, ਇੱਕ ਮੰਗਤਾ ਲਾ ਲਓ ਜਾਂ ਬੱਚਾ ਲਾ ਲਓ, ਜਦੋਂ ਕੁਝ ਬਾਰ ਬਾਰ ਮੰਗੀ ਜਾਂਦਾ, ਆਪਾਂ ਨੂੰ ਪਤਾ ਬੱਚਾ ਕਹਿੰਦਾ ਮੰਮਾ ਮੈਂ ਲੇਜ਼ ਖਾਣੇ ਆ, ਮੈਂ ਕੁਰਕਰੇ ਖਾਣੇ, ਆਪਾਂ ਕਹਿ ਦਿੰਦੇ ਵੀ ਨਹੀਂ ਬੇਟਾ ਤੂੰ ਬਿਮਾਰ ਹੋ ਜਾਏਗਾ, ਦੁਬਾਰਾ ਫੇਰ ਆਪਾਂ ਤੋਂ ਮੰਗਦਾ, ਹੈ ਨਾ, ਆਪਾਂ ਫੇਰ ਕਹਿ ਦਿੰਦੇ ਵੀ ਨਹੀਂ, ਹੈ ਨਾ, ਮੈਂ ਤੈਨੂੰ ਫੇਰ ਲੈ ਕੇ ਦਊ, ਪਰ ਜਦੋਂ ਬਾਰ ਬਾਰ ਮੰਗੀ ਜਾਂਦਾ ਆਪਾਂ ਨੂੰ ਫੇਰ ਦੇ ਦਿੰਦੇ। ਇਹੀ ਗੱਲ ਮੇਰੇ ਵਾਹਿਗੁਰੂ ਜੀ ਦੀ ਆ, ਹੈ ਨਾ। ਕਹਿੰਦੇ ਜਦੋਂ ਮੰਗਣਾ ਤਾਂ ਝੋਲੀ ਅੱਡ ਕੇ ਮੰਗਤਿਆਂ ਦੇ ਮੰਗੋ ਮੰਗ, ਕਹਿੰਦੇ ਉਹਨੂੰ ਤੇਰੇ ਤੇ ਤਰਸ ਆਊਗਾ ਤਾਂ ਤੇਰੀ ਝੋਲੀ ਦੇ ਵਿੱਚ ਉਹ ਦਾਤਾਂ ਜ਼ਰੂਰ ਪਾਊਗਾ। ਕਿਉਂਕਿ ਵਾਹਿਗੁਰੂ ਜੀ ਕਦੇ ਵੀ ਕਿਸੇ ਨੂੰ ਆਪਦੇ ਦਰ ਤੋਂ, ਹੈ ਨਾ, ਖਾਲੀ ਨਹੀਂ ਮੋੜਦੇ ਹੈਗੇ। ਤੁਸੀਂ ਪੁਰਾਣੀਆਂ ਸਾਖੀਆਂ ਪੜ੍ਹ ਲਓ, ਕਿਤੇ ਵੀ ਪੜ੍ਹ ਲਓ, ਦੇਖੋ ਦਸਵੇਂ ਪਾਤਸ਼ਾਹ ਦੀਆਂ ਬਾਣੀ ਦੇ ਵਿੱਚ ਜਿੱਦਾਂ ਕਿ ਚੰਡੀ ਦੀ ਵਾਰ ਦਾ ਪਾਠ ਹੈ, ਉਹਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਮਰੇ ਹੋਏ ਬੰਦੇ ਨੂੰ ਵੀ ਜਿਉਂਦਾ ਕਰਨ ਦੀ ਸ਼ਕਤੀ ਰੱਖਦਾ, ਪਰ ਉਹਦੀ ਵਿਧੀ ਉਹ ਕਿਸੇ ਤੋਂ ਸੰਪੂਰਨ ਨਹੀਂ ਹੁੰਦਾ ਹੈਗਾ, ਕਿਉਂਕਿ ਉਹਦੇ ਵਿੱਚ ਕੋਈ ਨਾ ਕੋਈ ਵਿਘਨ ਪੱਕਾ ਪੈਂਦਾ। ਉਹਦੀ ਵਿਧੀ ਇੰਨੀ ਜ਼ਿਆਦਾ ਔਖੀ ਹੈ ਕਰਨ ਦੀ ਕਿ ਜਿੰਨੇ ਦਿਨ ਉਹ ਪਾਠ ਕਰਨਾ, ਨਾ ਕਿਸੇ ਨਾਲ ਬੋਲਣਾ, ਨਾ ਕਿਤੋਂ ਬਾਹਰੋਂ ਖਾਣਾ, ਅੰਦਰ ਹੀ ਰਹਿਣਾ, ਅੰਦਰ ਹੀ ਸਾਰੀ ਕਿਰਿਆ ਕਰਨੀ, ਵੀ ਏਦਾਂ ਦੇ, ਹੈ ਨਾ, ਆਪਾਂ ਨਹੀਂ ਕਰ ਸਕਦੇ। ਕਈ ਏਦਾਂ ਦੇ ਵੀ, ਹੈ ਨਾ, ਗੁਰਸਿੱਖਾਂ ਨੂੰ ਮੈਂ ਜਾਣਦੀ ਹਾਂ ਜਿਹੜੇ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾ ਕੇ ਉੱਠਦੇ ਸੀ, ਜਿੱਦਾਂ ਕਿ ਪ੍ਰਕਾਸ਼ ਤੇ ਬਹਿ ਗਏ ਤੇ ਭੋਗ ਪਾ ਕੇ ਹੀ ਉੱਠਣਾ। ਵੀ ਹੁਣ ਵੀ ਇਹ ਬਹੁਤ ਨੇ, ਹੈ ਨਾ, ਸਿਰਫ ਵਿਸ਼ਵਾਸ ਚਾਹੀਦਾ ਹੈ। ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਵੀ ਵਾਹਿਗੁਰੂ ਜੀ ਨੂੰ ਜਦੋਂ ਮੈਂ ਅਰਦਾਸ ਕਰਦੀ ਹਾਂ ਤਾਂ ਵਾਹਿਗੁਰੂ ਜੀ ਕਿਵੇਂ ਸੁਣਦੇ ਨੇ। ਦੇਖੋ ਤੁਸੀਂ ਪਾਠ ਕਰਨਾ ਕਦੇ ਨਾ ਛੱਡੋ। ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ, ਮੁਸਲਿਮ ਧਰਮ ਨੂੰ ਮੰਨਦੇ ਹੋ, ਸਿੱਖ ਧਰਮ ਨੂੰ ਮੰਨਦੇ ਹੋ, ਤੁਸੀਂ ਪਾਠ ਕਰੋ, ਸਿਮਰਨ ਕਰੋ, ਕਿਉਂਕਿ ਉਹਦੇ ਨਾਲ ਤੁਹਾਡਾ, ਹੈ ਨਾ, ਮਨ ਹੈ ਜਿਹੜਾ ਉਹ ਸ਼ੁੱਧ ਹੋਊਗਾ। ਤੇ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ, ਜਦੋਂ ਵੀ ਤੁਹਾਡਾ ਮਨ ਹੁੰਦਾ, ਕਈ ਸਿਸਟਰ ਕਹਿੰਦੇ ਨੇ ਵੀ ਦੀਦੀ ਸਾਨੂੰ ਟਾਈਮ ਨਹੀਂ ਮਿਲਦਾ, ਤੁਰਦੇ ਫਿਰਦੇ ਤੁਸੀਂ ਮੂਲ ਮੰਤਰ ਦਾ ਪਾਠ ਕਰ ਸਕਦੇ ਹੋ, ਚੌਪਈ ਸਾਹਿਬ ਦਾ ਪਾਠ ਕਰ ਸਕਦੇ ਹੋ, ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹੋ, ਹੈ ਨਾ, ਤੁਹਾਡੇ ਕੋਲੇ ਮੋਬਾਈਲ ਨੇ, ਤੁਸੀਂ ਮੋਬਾਈਲ ਤੋਂ ਵੀ ਕਰ ਸਕਦੇ ਹੋ, ਹੈ ਨਾ, ਪਰ ਜਿਹੜਾ ਨਿਤਨੇਮ ਹੈ ਉਹ ਤੁਸੀਂ ਸਵੇਰੇ ਗੁਟਕਾ ਸਾਹਿਬ ਤੋਂ ਕਰੋ ਤਾਂ ਬਹੁਤ ਜ਼ਿਆਦਾ ਜਲਦੀ ਫਲ ਮਿਲਦਾ। ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਵੀ ਕੋਈ, ਹੈ ਨਾ, ਮੁਸ਼ਕਿਲ ਆਉਂਦੀ ਹੈ, ਜਿੱਦਾਂ ਕਿ ਆਪਾਂ ਬਾਹਰ ਜਾਂਦੇ ਹਾਂ, ਨੌਕਰੀ ਕਰਦੇ ਹਾਂ, ਜਾਂ ਆਪਣੇ ਕੋਲ ਏਦਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ, ਉਸ ਟਾਈਮ ਤੁਸੀਂ ਬ੍ਰਹਮ ਕਵਚ ਦਾ ਪਾਠ ਸ਼ੁਰੂ ਕਰ ਲਓ ਤਾਂ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋ ਕੇ ਖੁਦ ਤੁਹਾਡੀ ਰੱਖਿਆ ਕਰਨਗੇ। ਇਹ ਸਾਡੇ ਨਾਲ ਹੱਡ ਬੀਤੀ ਹੈ। ਮੇਰੇ ਹਸਬੈਂਡ ਜੀ ਦਾ ਮੈਡੀਕਲ ਹੋਣਾ ਸੀਗਾ, ਉਸ ਟਾਈਮ ਬ੍ਰਹਮ ਕਵਚ ਦਾ ਪਾਠ ਕੀਤਾ ਤਾਂ ਯਕੀਨ ਨਹੀਂ ਤੁਸੀਂ ਮੰਨੋਗੇ ਕਿ ਸਕਿੰਟਾਂ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਗਿਆ। ਤੇ ਉਸ ਤੋਂ ਬਾਅਦ ਕਈ ਵਾਰੀ ਜ਼ਿੰਦਗੀ ਦੇ ਵਿੱਚ ਅਜਿਹੇ, ਹੈ ਨਾ, ਮੁਸ਼ਕਿਲ ਆਈਆਂ ਨੇ, ਜਿਹੜਾ ਕਿ ਮੈਂ ਸ਼ਬਦ ਤੁਹਾਨੂੰ ਅਕਸਰ ਦੱਸਦੀ ਹੁੰਦੀ ਹਾਂ, ਉਸ ਸ਼ਬਦ ਦਾ ਪਾਠ 41 ਦਿਨ। ਦੇਖੋ ਸਰਦਾ ਦੇ ਨਾਲ ਕਰਨਾ, ਕਹਿੰਦੇ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ, ਉਦੋਂ ਫਿਰ ਇਨਸਾਨ ਅੰਦਰੋਂ ਕਹਿੰਦਾ ਵੀ ਚਾਹੇ ਮੈਨੂੰ ਸੁੱਕੀ ਰੋਟੀ ਮਿਲ ਜੇ ਮੈਂ ਉਹ ਵੀ ਖਾ ਲਾਂ। ਵਿਸ਼ਵਾਸ ਰੱਖੋ, ਪਰਮਾਤਮਾ ਤੁਹਾਡੀ ਜ਼ਰੂਰ ਸੁਣੂਗਾ, ਕਿਸੇ ਦੀ ਮਹੀਨੇ ਚ ਸੁਣ ਲੈਣ, ਕਿਸੇ ਦੀ ਦੋ ਚ ਸੁਣ ਲੈਣ, ਕਿਸੇ ਦੀ 6 ਮਹੀਨੇ ਲੱਗ ਜਾਣੇ, ਕਿਉਂਕਿ ਇਹ ਕਰਮਾਂ ਦੇ ਫਲ ਨੇ। ਤੇ ਇੱਕ ਮੈਂ ਤੁਹਾਨੂੰ ਹੋਰ ਹੱਡ ਬੀਤੀ ਦੱਸਦੀ ਹਾਂ। ਮੇਰੇ ਹਸਬੈਂਡ ਜੀ, ਹੈ ਨਾ, ਜੋਬ ਕਰਨ ਤੋਂ ਪਹਿਲਾਂ, ਅੱਜ ਤੋਂ 5-6 ਸਾਲ ਪਹਿਲਾਂ, ਹੈ ਨਾ, ਇਹ ਬਾਹਰ ਗਏ ਹੋਏ ਸੀਗੇ। ਤੇ ਉੱਥੇ ਇਹ ਅਜਿਹੀ ਕੰਪਨੀ ਦੇ ਵਿੱਚ ਸੀਗੇ ਕਿ ਇਧਰੋਂ ਕਾਲ ਨਹੀਂ ਹੁੰਦੀ ਸੀਗੀ, ਇਹੀ ਕਰਦੇ ਸੀਗੇ। 1 ਮਹੀਨਾ ਇਹਨਾਂ ਦੀ, ਹੈ ਨਾ, ਕੋਈ ਕਾਲ ਨਾ ਆਈ। ਸਾਨੂੰ ਬਹੁਤ ਟੈਨਸ਼ਨ ਹੋ ਗਈ ਵੀ ਪਤਾ ਨੀ ਕਿਵੇਂ ਨੇ, ਕਿੱਦਾਂ ਕੀ ਗੱਲਬਾਤ, ਹੈ ਨਾ। ਤੇ ਪਾਪਾ ਮੰਮੀ ਜੀ ਆਪਣੇ ਸੰਗਰੂਰ ਨਾਨਕਿਆਣਾ ਸਾਹਿਬ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ, ਜਿਹੜੇ ਫਰੈਂਡ ਨੂੰ ਨਹੀਂ ਪਤਾ। ਉੱਥੇ ਇੱਕ ਕਰੀਰ ਹੈ, ਜੰਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੈ ਨਾ, ਜੰਡੀ ਹੈ। ਉੱਥੇ ਗੁਰਨੌਵੇਂ ਪਾਤਸ਼ਾਹ ਤੇ ਪਹਿਲੇ ਪਾਤਸ਼ਾਹ ਦੋਨੋਂ ਆਈਆਂ ਹੋਈਆਂ ਨੇ। ਗੁਰੂ ਨਾਨਕ ਦੇਵ ਜੀ ਨੇ ਉੱਥੇ
ਕਲਯੁਗ ਦੇ ਨਾਲ ਵਿਚਾਰ ਵਟਾਂਦਰਾ ਕੀਤੀ ਸੀ ਤੇ ਨੌਵੇਂ ਪਾਤਸ਼ਾਹ ਵੀ ਉੱਥੇ ਆਏ ਨੇ, ਉਹਨਾਂ ਨੇ ਉਸ ਜੰਡ ਦੇ ਨਾਲ ਆਪਣਾ ਘੋੜਾ ਬੰਨਿਆ ਸੀ ਤੇ ਮੰਮੀ ਹੋਰੀ ਉੱਥੇ ਅਰਦਾਸ ਕਰਕੇ ਹਜੇ ਉੱਥੇ ਬੈਠ ਗਏ 2 ਮਿੰਟ ਲਈ। ਤੇ ਉਸੇ ਟਾਈਮ ਮੇਰੇ ਹਸਬੈਂਡ ਜੀ ਦਾ ਫੋਨ ਆ ਗਿਆ, ਕਿਉਂਕਿ ਜਦੋਂ ਆਪਾਂ ਨੂੰ ਅੰਦਰੋਂ ਭੁੱਖ ਹੁੰਦੀ ਹੈ ਨਾ, ਅੰਦਰੋਂ ਆਪਾਂ ਪੁਕਾਰ ਕਰਦੇ ਹਾਂ ਤਾਂ ਵਾਹਿਗੁਰੂ ਜੀ ਇੱਕ ਪਲ ਵੀ ਨਹੀਂ ਲਾਉਂਦੇ ਹੈਗੇ, ਹਨਾ। ਫਿਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸੀ ਤੇ ਅਸੀਂ ਵਾਪਸ ਆ ਰਹੇ ਸੀ, ਜਿਹੜੀ ਦਰਸ਼ਨੀ ਡਿਓੜੀ ਬਾਹਰ ਬਿਲਕੁਲ ਮੇਨ ਗੇਟ ਹੈ, ਉੱਥੋਂ ਮੈਂ ਵਾਪਸ ਹੋ ਕੇ ਗੁਰੂ ਸਾਹਿਬਾਂ ਨੂੰ ਮੱਥਾ ਟੇਕਿਆ ਤੇ ਮੇਰੇ ਮਨ ਦੇ ਵਿੱਚ ਬਸ ਇੱਕੋ ਟਾਈਮ ਆਇਆ ਕਿ ਵਾਹਿਗੁਰੂ ਜੀ ਜਦੋਂ ਅਸੀਂ ਅਗਲੀ ਵਾਰੀ ਆਈਏ ਤੇ ਅਸੀਂ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਛੱਕ ਕੇ ਆਈਏ। 1 ਮਹੀਨੇ ਦੇ ਵਿੱਚ ਤੁਸੀਂ ਯਕੀਨ ਨਹੀਂ ਮੰਨੋਗੇ ਅਸੀਂ ਅੰਮ੍ਰਿਤ ਛੱਕ ਲਿਆ। ਹੋਰ ਬਹੁਤ ਸਾਡੇ ਤੇ ਮੁਸ਼ਕਿਲ ਆਈਆਂ ਹਨਾ ਏਦਾਂ ਦੀਆਂ, ਜਿਹੜੀਆਂ ਕਿ ਵਾਹਿਗੁਰੂ ਜੀ ਨੇ ਮਹੀਨੇ ਦੇ ਵਿੱਚ ਸਵਾ ਮਹੀਨੇ ਦੇ ਵਿੱਚ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਉਹ ਕਿਵੇਂ ਹੱਲ ਹੋ ਗਈਆਂ। ਇਸੇ ਕਰਕੇ ਮੈਨੂੰ ਗੁਰੂ ਸਾਹਿਬਾਂ ਤੇ ਇੰਨਾ ਵਿਸ਼ਵਾਸ। ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਹਨਾ ਅਗਰ ਤੁਸੀਂ ਹੋਰ ਪਾਸੇ ਭਟਕ ਭਟਕ ਕੇ ਥੱਕ ਚੁੱਕੇ ਹੋ ਤਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਆਪਣੇ ਘਰ ਦੇ ਵਿੱਚ ਆਰੰਭ ਕਰੋ, ਸ਼ੁੱਧਤਾ ਦੇ ਨਾਲ ਕਰੋ, ਕੋਲੇ ਜੋਤ ਲਗਾ ਲਓ, ਗੁਰੂ ਸਾਹਿਬਾਂ ਦੀ ਇੱਕ ਤਸਵੀਰ ਰੱਖ ਲਓ, ਕਿਉਂਕਿ ਉਹਦੇ ਨਾਲ ਮਨ ਥੋੜਾ ਜਿਹਾ ਨਾ ਟਿਕਾ ਚ ਰਹਿੰਦਾ। ਕਈ ਫਰੈਂਡ ਕਹਿੰਦੇ ਨੇ ਜਦੋਂ ਅਸੀਂ ਪਾਠ ਕਰਦੇ ਸਾਨੂੰ ਸੱਪ ਹੋਰ ਪੁੱਠੇ ਖਿਆਲ ਜ਼ਿਆਦਾ ਹੁੰਦੇ ਆ ਹਨਾ, ਤਾਂ ਤੁਸੀਂ ਧੂਫ ਲਗਾਓ, ਆਲੇ ਦੁਆਲੇ ਖੁਸ਼ਬੂ ਆਧਾਰ ਆਪਦੇ ਨਾ ਏਰੀਆ ਰੱਖੋ ਤੇ ਹੋ ਸਕੋ ਕੋਸ਼ਿਸ਼ ਕਰੋ ਕਿ ਸਾਰਾ ਪਰਿਵਾਰ ਉੱਠਣ ਤੋਂ ਪਹਿਲਾਂ ਤੁਸੀਂ ਆਪਣਾ ਨਿਤਨੇਮ ਸੰਪੂਰਨ ਕਰ ਲਓ। ਸੁਖਮਨੀ ਸਾਹਿਬ ਦਾ ਪਾਠ ਜਦੋਂ ਤੁਸੀਂ ਸ਼ੁਰੂ ਕਰ ਲਿਆ, ਜਦੋਂ ਵੀ ਜਿਸ ਘਰ ਦੇ ਵਿੱਚ ਵੀ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਤਾਂ ਤੁਸੀਂ ਦੇਖਿਓ ਤੁਹਾਨੂੰ 10-15 ਦਿਨਾਂ ਦੇ ਵਿੱਚ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ। ਜੋ ਤੁਸੀਂ ਵਾਹਿਗੁਰੂ ਤੋਂ ਮੰਗੋਗੇ ਤੁਹਾਨੂੰ ਉਹੀ ਮਿਲੂਗਾ। ਬਸ ਗੱਲ ਇੰਨੀ ਕਿ ਜਦੋਂ ਸੁਖਮਨੀ ਸਾਹਿਬ ਦਾ ਆਪਾਂ ਪਾਠ ਕਰਨ ਲੱਗਦੇ ਹਾਂ ਤਾਂ ਬਹੁਤ ਵਿਘਨ ਆਉਂਦੇ ਨੇ, ਪਰ ਤੁਸੀਂ ਰੁਕਿਓ ਨਾ। ਅਗਰ ਤੁਸੀਂ ਰੁਕ ਗਏ ਤਾਂ ਸਮਝ ਲਓ ਕਲਯੁਗ ਨੇ ਤੁਹਾਡੇ ਤੇ ਜ਼ੋਰ ਪਾ ਲਿਆ। ਅਗਰ ਤੁਸੀਂ ਲੰਘ ਗਏ ਤਾਂ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ। ਮੇਰੀ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਹੈ ਕਿ ਵਾਹਿਗੁਰੂ ਅੱਗੇ ਬਾਰ ਬਾਰ ਅਰਦਾਸਾਂ, ਪਾਠ ਸ਼ੁਰੂ ਕਰਨ ਤੋਂ ਵੀ ਪਹਿਲਾਂ ਅਰਦਾਸ, ਪਾਠ ਸਮਾਪਤ ਕਰਨ ਤੋਂ ਵੀ ਬਾਅਦ ਅਰਦਾਸ, ਤੁਰਦੇ ਫਿਰਦੇ ਵਾਹਿਗੁਰੂ ਗੁਰਮੰਤਰ, ਇੱਕ ਓਅੰਕਾਰ ਵਾਹਿਗੁਰੂ ਦਾ ਮੰਤਰ, ਮੂਲ ਮੰਤਰ ਤੁਸੀਂ ਕਰਦੇ ਰਹੋ, ਜਪਦੇ ਰਹੋ। ਤੁਸੀਂ ਦੇਖਿਓ ਤੁਹਾਡੇ ਘਰ ਵਿੱਚ ਪਿਆਰ, ਇਤਫਾਕ, ਲੜਾਈ, ਝਗੜਾ, ਮੁਕੱਦਮੇ, ਕਲੇਸ਼ ਜੋ ਵੀ ਹੈ ਸਾਰਾ ਕੁਝ ਖਤਮ ਹੋ। ਜੋ ਮੰਗੋਗੇ ਤੁਹਾਨੂੰ ਮੂੰਹੋਂ ਮੰਗੀਆਂ ਮੁਰਾਦਾਂ ਗੁਰੂ ਸਾਹਿਬ ਦੇਣਗੇ। ਹਾਂਜੀ, ਵੀਡੀਓ ਚੰਗੀ ਲੱਗੀ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਆਪਣੇ ਚੈਨਲ ਦਾ ਨਾਮ ਮਾਗਾ ਪਿਆਰ ਔਰ ਬਲੌਗ ਹੈ, ਤੁਹਾਨੂੰ ਸਾਰੇ ਫਰੈਂਡ ਨੂੰ ਪਤਾ ਹੀ ਹੈ। ਤੇ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਕੋਈ ਵੀ ਤੁਹਾਡਾ ਕੁਐਸਚਨ ਹੋਵੇ, ਕੋਈ ਵੀ ਤੁਹਾਡੀ ਗੱਲਬਾਤ ਹੋਵੇ, ਉਹ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ। ਬਸ ਮੈਂ ਇੰਨਾ ਹੀ ਕਹੂੰਗੀ ਕਿ ਗੁਰੂ ਸਾਹਿਬਾਂ ਤੇ ਭਰੋਸਾ ਰੱਖੋ, ਗੁਰੂ ਸਾਹਿਬ ਤੁਹਾਡਾ ਭਰੋਸਾ ਕਦੇ ਵੀ ਟੁੱਟਣ ਨਹੀਂ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।